ਫਤਿਹਾਬਾਦ ਦੇ ਤੋਹਾਨਾ 'ਚ ਇੱਕ ਨੌਜਵਾਨ ਨੇ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ ਜਿਸ ਵਿੱਚ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਹਾਲਤ ਵਿੱਚ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਅਤੇ ਮੁਲਾਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਕਿਸਨੇ ਫੇਕਿਆ ਪੰਜਾਬ ਆਪਰ? ਕਾਲੋ ਨੇ। ਕਾਂ ਕਰਨੇ ਵਾਲਾ ਕਾਲੋ? ਇਹ ਗੋਨਾ ਰੋਡ ਦਾ। ਮੈਂ ਮੇਰੀ ਲੜਕੀ ਕੇ ਤਾਕੇ ਕਰਾਣੇ ਗਈ ਸੀ ਔਰ ਇਹ ਪਿੱਛੇ ਸੇ ਭੱਗਿਆ। ਮੈਂ ਬਸ ਪੇ ਗਈ ਸੀ, ਇਸਨੇ ਧੱਕਾ ਪੇਲੀ ਕਰਕੇ ਮੈਂ ਬਿਠਾ ਲਈ ਮੋਟਰਸਾਈਕਲ ਪੇ ਔਰ ਇਸਕੇ ਘਰ ਲਈ ਸੀ। ਮੈਂ ਜਬ ਮੇਰੇ ਉੱਪਰ ਤੇਜ਼ਾਬ ਫੇਕੀ ਤੋ ਮੈਨੇ ਇਨਕੀ ਗੱਫੀ ਭਰ ਲਿਆ ਗਏ। ਅੱਛਾ, ਤੋ ਉਹ ਫਰਾਰ ਹੋ ਗਿਆ ਫੇਕ ਕੇ? ਨਹੀਂ, ਅਬ ਤੋ ਯਹੀ ਹਸਪਤਾਲ ਮੈਂ। ਮੇਰੇ ਕੋ ਕੋਈ ਪਤਾ ਨਹੀਂ, ਦੇਖੋ ਮੈਂ ਸੱਚੀ ਬਾਤ ਬਤਾਉਂਗੀ। ਮੈਨੇ ਫੋਨ ਕਰਾ ਮੇਰੇ ਲੜਕੇ ਕੋ ਤੇ ਇਸਨੇ ਫੋਨ ਉਠਾਇਆ। ये कहती अभी आ रहे आधे घंटे के अंदर, रात के 9 बज गए, ये नहीं आए। वो इससे पूछो जनाब, मेरे को क्या पूछ रहे हो? पहले ये बताओ, कोई जबरदस्ती किसी को ले जा सकता है क्या? इतने तो आप भी समझदार हो। खबरां दी दुनिया विच आओ, साडे नाल कदे भी ते कितों भी जुड़ो। आपा मिलांगे फेसबुक ते, असी दिखांगे यूट्यूब ते, सानू फॉलो करो ट्विटर ते। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।